ਅਸੀਂ ਪਹਿਲਾ ਦਿਨ ਨਾ ਆਹਿਸਤਾ ਆਹਿਸਤਾ ਹੋ ਜਾਏਗਾ ਸਹੀ, ਕਦੀ ਚਲਾਈ ਨੀ, ਫਿਰ ਗੱਡੀ ਲੈ ਕੇ ਰੋਡ ਤੇ ਚੜ੍ਹਨਾ ਬੜਾ ਉਹ ਹੁੰਦਾ ਕਿ ਬੰਦੇ ਵਾਸਤੇ ਕਿ ਯਾਰ ਕੁਛ ਹੋਣਾ ਜਾ। ਸਵੇਰੇ ਇੱਕ ਵਾਰੀ ਵੈਸੇ ਥੱਲੇ ਲੱਗੀ ਆ ਪਰਲੀ ਸਾਈਡ ਤੋਂ, ਬੰਨੀ ਜੀ ਬੰਨੀ ਸੀ, ਉੱਥੇ ਗੱਡੀ ਖਿਲਾ ਰਹੀ ਸੀ। ਗੱਡੀ ਖਿਲਾਰਨ ਤੋਂ ਬਾਅਦ ਮੈਨੂੰ ਪਤਾ ਨੀ ਲੱਗਾ ਕਿ ਨਾਲ ਬੰਨੀ ਹੈ, ਮੈਂ ਅੱਜ ਕੱਟ ਕਰਕੇ ਛੱਡੀ ਤੇ ਉਹਦੇ ਉੱਤੇ ਚੜ੍ਹ ਗਈ। ਗਲਤੀ ਕੀਤੀ ਸੀ ਤੇ ਬਲੇਮ ਕਿਹਨੂੰ ਤੂੰ ਦੇ ਰਿਹਾ ਸੀ? ਤੇ ਅਸੀਂ ਜਾ ਰਹੇ ਹਾਂ ਅੱਜ ਹੋਂਡਾ ਸਿਵਿਕ ਦੀ ਡਰਾਈਵ ਕਰਨ। ਪਹਿਲੀ ਦਫਾ ਮੈਂ ਡਰਾਈਵ ਕਰਨ ਲੱਗਾ ਤੇ ਤੁਹਾਨੂੰ ਦੱਸ ਦਿਆਂ ਅੱਗੋਂ ਕਿਵੇਂ ਦਾ ਫੀਲ ਹੁੰਦਾ, ਕਿਉਂਕਿ ਵੈਸੇ ਗੱਡੀ ਤੇ ਮੈਂ ਚਲਾਈਏ ਆਪਣੇ ਪਿੰਡ ਪੁੰਡਲ ਰੋਡ ਤੇ ਅੱਜ ਤੱਕ ਮੈਂ ਗੱਡੀ ਨਹੀਂ ਚਲਾਈ ਆ, ਤੇ ਇਸ ਵਜ੍ਹਾ ਤੋਂ ਹੁਣ ਨੱਪਣੀ ਹੈ ਤੇ ਕਿਤੇ ਲੈ ਕੇ ਆਣੀ ਜਾਣੀ ਪੈ ਗਿਆ ਕਰਨੀ ਹੈ, ਤੇ ਰੋਡ ਤੇ ਚਲਾਣੀ ਵੀ ਸਿੱਖ ਲਈ। ਮੇਰੇ ਨਾਲ ਅਸਦ, ਮੈਂ ਵੀ ਚਲਾਣੀ ਹੈ, ਮੈਂ ਵੀ ਚਲਾਣੀ, 500 ਦਾ ਪੈਟਰੋਲ ਮੈਂ ਪਾਵਾਂਗਾ ਕਿ ਚਲਾਣੀ ਮੈਂ ਵੀ ਆ। ਅੱਛਾ, ਤੇ ਐਵੇਂ ਖੱਚਾ ਮਾਰਨ ਦੇ। ਵੈਸੇ ਤੇ ਅਸੀਂ 6000 ਰੁਪਇਆ ਲੱਗਾ ਸੀ ਤੇ ਟੈਂਕੀ ਫੁੱਲ ਕਰਾਈਏ, ਫਿਰ ਪਹਿਲੇ ਦਿਨ 6000 ਦੀ ਹੋਈ ਸੀ, ਉਸ ਤੋਂ ਬਾਅਦ 3000 ਦਾ ਪਿਆ, 3000 ਦਾ ਤੇਲ ਉਹਦੋਂ ਨੇ ਖਾਧਾ। ਤੇ ਹੁਣ ਤੁਹਾਨੂੰ ਮੈਂ ਦਿਖਾਵਾਂਗਾ ਕਿ ਕਿਵੇਂ ਦੀ ਇਹ, ਅੱਗੋਂ ਵੀਡੀਓ ਪੂਰੀ ਮੁਕੰਮਲ ਲਾਜ਼ਮੀ ਦੇਖਣਾ। ਹੈਂ, ਤੇ ਹੁਣ ਅਸੀਂ ਚੱਲੇ ਹਾਂ ਡਰਾਈਵ ਕਰਨ, ਠੀਕ ਆ, ਤੇ ਪੂਰੀ ਵੀਡੀਓ ਲਾਜ਼ਮੀ ਦੇਖਣਾ। ਯਾਰ ਨਵੀਂ ਗੱਡੀ ਲਿਆਂਦੀ, ਇਹਨੂੰ ਵੀ ਤੂੰ ਸਾਫ਼ ਕਰ ਰਿਹਾ? ਬਾਹਰ ਖਲੋਤੀ ਸੀ, ਘੱਟਾ ਪਏ ਆ ਇਸ ਵਜ੍ਹਾ ਤੋਂ। ਦੱਸੋ ਬਸ ਡਰਾਈਵਰ ਠੀਕ ਆ ਸਰ, ਕਿਹੜਾ ਫੀਲ ਹੋ ਰਿਹਾ ਕਾਰ? ਵਧੀਆ ਲੱਗ ਰਿਹਾ, ਅੱਲਾ ਦੇ ਬੰਦੇ 44-45 ਲੱਖ ਰੁਪਇਆ ਭਰਦਾ, ਉਸ ਤੋਂ ਬਾਅਦ ਕਿਤੇ ਨਸੀਬ ਹੋਇਆ ਚਲਾਣਾ, ਫਿਰ ਵਧੀਆ ਹੀ ਲੱਗਣਾ। ਇਹ ਤੂੰ ਇੰਨੀ ਸਮਝ ਕੇ ਗੁਲਾਬ, ਇਹਨੂੰ ਤੂੰ ਬੜੇ ਆਰਾਮ ਆਰਾਮ ਨਾਲ ਇਹਨੂੰ ਕਰਨਾ ਹਰ ਚੀਜ਼, ਬ੍ਰੇਕ ਰੇਸ ਗੁਲਾਬ ਮਸਲਾਬ ਰੋਮਾਂਟਿਕ ਮੂਡ ਮੇ ਭਾਰਾ ਪੀਣਾ ਪਾਣਾ ਮਸਲਾ ਆਪ ਤੋ ਰੋਮਾਂਟਿਕ ਮੂਡ ਮੇ ਹਮਕਾ ਡਰਾਈਵਿੰਗ ਸਿਖਾਵੇ ਹੈ ਨਾ, ਤੂੰ ਭਾਰਾ ਪੈਰ ਲਾਣਾ ਠੀਕ ਹੈ, ਪੈਰ ਤੇ ਬੜਾਵਾ ਦਾ ਪਾੜਾ ਹੀ ਹੈ ਨਹੀਂ ਨਾ ਪੈਂਜੀ, ਤੂੰ ਐ ਸਮਝਣਾ ਕਿ ਤੂੰ ਪੁੱਲ ਤੇ ਪੈਰ, ਇੱਕ ਵਾਰੀ ਅਸਦ ਦਾ ਪੈਰ ਮਿੱਟਿਆ ਗਿਆ ਸੀ ਨਾ, ਇਹ ਮਿੰਟ ਬਾਅਦ ਪੂ ਪੂ ਕੀ ਕਰਨ ਲੱਗ ਗਿਆ, ਉਹ ਬੈਲਟ ਲਾਏਗਾ ਫੇਰ ਨਹੀਂ ਕਰੇਗਾ, ਤੇ ਲਾ ਲੈ ਬੈਲਟ ਸੇਫਟੀ ਵਾਸਤੇ ਚੰਗਾ ਹੁੰਦਾ ਹੈ। ਉਤਲਾ ਬੂਹਾ ਹੀ ਖੋਲਦਾ ਯਾਰ, ਖੋਲ ਵਿਕਾਸ ਯਾਰ, ਖੋਲ ਦੇ ਕੀ ਆ, ਗਰੀਬ ਬੰਦਿਆਂ ਨੂੰ ਥੋੜਾ ਜਿਹਾ ਆਵਾਜ਼ ਨਹੀਂ ਲੈਂਦੇ ਤੂੰ ਯਾਰ, ਬੈਠੇ ਰਹੇ ਤੇ ਹੁਣ ਤੂੰ ਕੋਲ ਨਹੀਂ ਬੰਦ ਕਰ ਦੇ ਯਾਰ, ਐਸੀ ਵੀ ਚੱਲਣ ਦੇ ਕੀ ਹੋ ਗਿਆ, ਸਵਿਕ ਲਈ ਹੈ, ਐਸੀ ਵੀ ਚਲਾਓ, ਸ਼ੀਸ਼ੇ ਵੀ ਖੋਲੋ, ਹੈ ਨੰਗੀ ਲੈਣ ਦੇ ਕਰੀ ਕੋਈ ਬਲਕਿ ਤਾਂ ਗਾੜੀ ਉਹ ਸਾਹਮਣੇ ਸੀ, ਗਾੜੀ ਆ ਉਹਨੇ ਮੋੜਨੇ, ਉਹ ਸਾਹਮਣੇ ਸੀ ਗਾੜੀ ਆ। ਅੱਛਾ ਗਾੜੀ ਆਇਆ ਇੱਥੇ, ਗਾੜੀ ਸਾਹਿਬ ਜਿਹੜੀ ਸਵਿਕ ਵੇਖੇ ਅਸਦ ਹੋਵੇ, ਸਵਿਕ ਆਪਣੀ ਲਈ ਦੀ ਚਲਾਈ ਨਹੀਂ ਸੀ ਨਾ ਤਾਂ ਕਰਕੇ, ਮੈਂ ਵਿਕਾਸ ਨੂੰ ਆਖਿਆ, ਮੈਂ ਕਿਹਾ ਗਾੜੀ ਜਿਹੜਾ ਪਿਛਲੇ 4 ਦਿਨ ਦਾ ਸਵਿਕ ਤੇ ਅੱਜ ਇੰਤਜ਼ਾਰ ਕਰਾ ਜੀ, ਅੱਜ ਪਿਓ ਆਪਣੇ ਬੱਚਿਆਂ ਨੇ ਨਿਕਲੇ ਚੀਮਾ ਰੋਡ ਤੇ ਪਿੱਛੇ ਪਲੇਟਫਾਰਮ ਤੇ ਉਤਰ ਗਿਆ, ਉੱਥੇ ਉਹ ਨਾ ਲਿਖਾ ਦਈਏ ਸਿੱਖ ਰਿਆਂ ਦੂਰ ਦੂਰ ਰਹੋ, ਹਰ ਸਿੱਖ ਗਿਆ ਵੇ ਸਿੱਖ ਨਹੀਂ ਹੋਣਾ, ਚਲਾਉਂਦੇ ਅਗਲਾ ਟਰੈਕਟਰ ਚਲਾਉਂਦਾ ਕੀ ਹੋ ਗਿਆ, ਆਹੋ ਟਰੈਕਟਰ ਮੈਂ ਬੈਕ ਵੀ ਲਾਣਾ ਟਰੈਕਟਰ ਦੇ ਕੰਮ, ਇਹ ਚੈੱਕ ਕਰੋ ਯਾਰ, ਇਹ ਪਾਕਿਸਤਾਨੀ ਆਵਾਜ਼ ਜਦੋਂ ਤੂੰ ਇੰਜ ਉੱਤੇ ਕਰਨਾ ਤੇ ਪਿੱਛੇ ਪਾਕਿਸਤਾਨੀ ਆਵਾਮ ਜੀ ਦੇਖੋ ਜੀ, ਪਤਾ ਹੀ ਕਰੀਏ ਇਹਨੂੰ ਧਵਾ ਲਈਏ, ਕਿੱਥੋਂ ਇੱਥੋਂ ਕਿੱਥੋਂ ਜਾਣੇ ਆ, ਆਮ ਸੋਹਣੀ ਲੱਗੇ ਲੈ ਕੇ ਜਾਣਾ ਏ ਇੰਜ ਦੀ ਕਮਾਈਆਂ, ਗੱਡੀ ਵਾਸ਼ ਕਰਾਣੀ ਹੈ ਲੱਖ ਰੁਪਇਆ ਗੱਡੀ ਦੇ ਲਾ ਦੇ ਪੰਜ ਸੌ ਦੇ ਧਵਾਈ ਪਿੱਛੇ, ਹਾਂਜੀ ਭਾਈ ਗੱਡੀ ਧਵਾਣੀ ਕਿੰਨੇ ਪੈਸੇ ਲੈਂਦੇ ਸਰਵਿਸ ਚ ਤੇ ਵਾਸ਼ ਚ ਕੀ ਫਰਕ ਹੈ, ਸਰਵਿਸ ਕਰ ਰਹੇ ਟੋਟਲ ਇਹਨੂੰ ਕਰਨਾ ਥੱਲੋਂ ਉਤੋਂ ਹਰ ਸ਼ੈ, ਚਲੋ ਬੱਬੂ ਗੱਡੀ ਹੋ ਗਈ ਵਾਸ਼, ਹੁਣ ਅਸੀਂ ਫੇਰ ਨਿਕਲਣ ਲੱਗੇ, ਚੱਲ ਬਹਿ ਤੂੰ
ਪਿੰਡ ਚ ਬੱਚਿਆਂ ਕੋਲੋਂ ਬਚਣਾ ਹੈ ਅੱਛਾ ਠੀਕ ਹੈ ਸ਼ਹਿਰ ਚ ਮੋਟਰਸਾਈਕਲਾਂ ਕੋਲੋਂ ਬਚਣਾ ਹੈ ਠੀਕ ਹੈ ਇੰਜੀਨੀਅਰ ਰੋਡ ਤੇ ਤੂੰ ਬੱਸਾਂ ਕੋਲੋਂ ਬਚਣਾ ਹੈ ਤੇ ਹਰ ਜਗ੍ਹਾ ਤੂੰ ਰਿਕਸ਼ਿਆਂ ਕੋਲੋਂ ਹਰ ਜਗ੍ਹਾ ਤੇ ਕਰ ਸਾਹਿਬ ਉਹ ਗਾਣਾ ਸੁਣਾ ਦੇ ਜਿਹੜਾ ਗੁੰਦਲਵਾੜੇ ਲਿਖਿਆ ਸੀ ਅੱਜ ਤੈਨੂੰ ਸ਼ਾਮੀ ਰੋਟੀ ਲੇਟ ਮਿਲੂਗੀ ਰੋਟੀ ਵੀ ਨਹੀਂ ਚੋਲਾਂ ਦੀ ਪਲੇਟ ਮਿਲੂਗੀ ਨਾਲੇ ਜਿਹੜੀ ਬੋਟੀ ਪਿੱਛੇ ਤੂੰ ਲੜਿਆ ਤੈਨੂੰ ਪੁੱਤ ਇੱਥੇ ਹਾਈ ਰੇਟ ਮਿਲੂਗੀ ਬਹੁਤ ਵੱਡਾ ਫਿਲਾਸਫਰ ਹੈ ਤੂੰ ਸਾਰੀ ਗੱਡੀ ਥੱਲੇ ਲਾ ਲਈ ਵਾਹ ਯਾਰ ਜਿਹਨੂੰ ਚਲਾਣੀ ਨਹੀਂ ਆਉਂਦੀ ਉਹਨੂੰ ਕਿੰਨਾ ਕੁਛ ਪਤਾ ਜਿਹਨੂੰ ਚਲਾਣੀ ਨਹੀਂ ਆਉਂਦੀ ਉਹਨੂੰ ਸਾਰਾ ਪਤਾ ਲੁੱਡੂ ਵਾਲਾ ਸਾਹਿਬ ਬਾਹਰ ਬੈਠੇ ਬੰਦੇ ਦਾ ਦਿਮਾਗ ਪਤਾ ਚੱਲਦਾ ਗੱਡੀ ਫੇਰ ਧਵਾਣੀ ਪੈਣੀ ਹੈ ਡਿਸਕਵਰੀ ਚੈਨਲ ਬਣਾ ਲੇ ਯਾਰ ਜੇ ਮਰੀ ਦਾ ਰਾਹ ਇੰਜ ਦਾ ਹੋਵੇ ਤਿੰਨ ਮਹੀਨੇ ਬਾਅਦ ਗਲਤੀ ਕਰਦੀ ਥੋੜਾ ਜਿਹਾ ਵੇਟ ਹੋਰ ਕਰ ਲੈਂਦੇ ਕੀ ਪਤਾ ਉੱਡਣ ਵਾਲੀ ਕਾਰ ਆ ਜਾਂਦੀ ਹੈ ਜਿੱਥੇ ਰਾਵਾਂ ਤੋਂ ਬੰਦਾ ਡਾਕ ਲੈ ਇੱਥੋਂ ਰਸਤਾ ਖਰਾਬ ਆ ਹੋ ਗਿਆ ਸੀ ਵਿਕਾਸ ਕਹਿੰਦਾ ਮੈਂ ਹੀ ਗੱਡੀ ਚਲਾਉਣੀ ਹੈ ਉਹ ਵਿਚਾਰੇ ਗਰੀਬ ਨੂੰ ਪੈਦਲ ਲਿਆ ਰਹੇ ਨੇ ਉਹ ਵੇਖੋ ਆ ਰਹੇ ਨੇ ਪੈਦਲ ਅੱਛਾ ਜੀ ਹੁਣ ਇਹ ਦੱਸੋ ਕਿ ਮੈਂ ਡਰਾਈਵਿੰਗ ਕਿਵੇਂ ਦੀ ਕਰ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਮੇਰਾ ਧਿਆਨ ਅੱਜ ਪਹਿਲਾ ਦਿਨ ਨਾ ਆਹਿਸਤਾ ਆਹਿਸਤਾ ਹੋ ਜਾਏਗਾ ਸਹੀ ਕਦੀ ਚਲਾਈ ਨਹੀਂ ਫਿਰ ਗੱਡੀ ਲੈ ਕੇ ਰੋਡ ਤੇ ਚੜ੍ਹਨਾ ਬੜਾ ਉਹ ਹੁੰਦਾ ਕਿ ਬੰਦੇ ਵਾਸਤੇ ਕਿ ਯਾਰ ਕੁਛ ਹੋਣਾ ਜਾ ਸਵੇਰੇ ਇੱਕ ਵਾਰੀ ਵੈਸੇ ਥੱਲੇ ਲੱਗੀ ਆ ਪਰਲੀ ਸਾਈਡ ਤੋਂ ਬੰਨੀ ਜੀ ਬੰਨੀ ਸੀ ਉੱਥੇ ਗੱਡੀ ਖਿਲਾ ਰਹੀ ਸੀ ਗੱਡੀ ਖਿਲਾਰਨ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਾ ਕਿ ਨਾਲ ਬੰਨੀ ਹੈ ਮੈਂ ਅੱਜ ਕੱਟ ਕਰਕੇ ਛੜੀਏ ਤੇ ਉਹਦੇ ਉੱਤੇ ਚੜ ਗਏ ਗਲਤੀ ਕੀਤੀ ਸੀ ਤੇ ਬਲੇਮ ਕਿਹਨੂੰ ਤੂੰ ਦੇ ਰਿਹਾ ਸੀ ਤੇ ਸਵਿਕ ਵੈਸੇ ਤੂੰ ਸਵੇਰੇ ਸਵੇਰੇ ਆ ਕੇ ਕਿ ਤੂੰ ਟੋਨ ਚ ਚਲਾ ਟੋਨ ਚ ਮੈਨੂੰ ਕਹਿੰਦਾ ਗਾਰਡਨ ਟੋਨ ਗੱਡੀ ਚਲਾ ਮੈਂ ਕਿਹਾ ਯਾਰ ਮੈਂ ਅੱਗੇ ਵੀ ਚਲਾਉਣਾ ਵਾ ਮੈਂ ਕਦੀ ਰੋਡ ਤੇ ਨਹੀਂ ਚਲਾਈ ਮੈਨੂੰ ਰੋਡ ਤੇ ਚਲਾਉਣ ਦੇ ਮਤਲਬ ਪਤਾ ਤੇ ਲੱਗੇ ਕਿਉਂਕਿ ਮੈਂ ਕਿਹੜਾ ਸਾਰੀ ਜ਼ਿੰਦਗੀ ਗੱਡੀ ਟੋਨ ਚ ਚਲਾਉਣੀ ਮੈਂ ਇਹਨੂੰ ਇਹ ਕਹਿ ਰਿਹਾ ਅਗੋ ਨਹੀਂ ਤੂੰ ਪਹਿਲਾਂ ਜਾ ਹੀ ਸਿੱਖ ਲਾ ਤੂੰ ਪਹਿਲਾਂ ਜਾ ਹੀ ਸਿੱਖ ਲਾ ਭਾਈ ਭਲੇ ਵਾਸਤੇ ਕਹਿ ਰਿਹਾ ਭਲੇ ਵਾਸਤੇ ਤੂੰ ਪਤਾ ਨਹੀਂ ਕੀ ਕਹਿ ਰਹੇ ਬਾਕੀ ਜੋ ਵੀ ਹੈ ਅੱਲਾ ਦਾ ਸ਼ੁਕਰ ਹਲੇ ਤੱਕ ਸਹੀ ਚੱਲਦੀ ਰਹੀ ਹੈ ਤੇ ਦੁਆ ਕਰਨਾ ਤੁਸੀਂ ਕਿ ਸਹੀ ਹੋ ਚੱਲਦੀ ਰਹੇ ਬਸ